ਰਾਜਾ ਜੀ ਅੱਜ ਤੁਸੀਂ ਕਰ ਰਹੇ ਹੋ ਹੜਪੀੜ ਬੌਂਦਲੀ ਹੜਪੀੜ ਤੇ ਪਿੰਡਾਂ ਦਾ ਏਰੀਆ ਹੁਣ ਤੁਸੀਂ ਪਿੰਡ ਬੌਂਦਲੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਹਾਂਜੀ ਬੌਂਦਲੀ ਪਿੰਡ ਮੈਂ ਅਸੀਂ ਸਵੇਰ ਦੇ ਵੱਖ ਵੱਖ ਸਰਹੰਦ ਤੋਂ ਲੱਗੇ ਹੋਏ ਹਾਂ ਫਿਰ ਬੱਸੀ ਪਠਾਣਾ ਮੈਂ ਤੇ ਐਮਪੀ ਸਾਹਿਬ ਤੇ ਹੁਣ ਅਸੀਂ ਇੱਥੇ ਆਏ ਹਾਂ ਇਹ ਰਾਜਾ ਜੀ ਵੱਲੋਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਸ ਪਿੰਡ 'ਚ ਆਉਣਾ ਹੈ ਇੱਥੇ ਆ ਕੇ ਹੁਣ ਜਿਹੜੇ ਹਾਲਾਤ ਹੈ ਦੇਖੋ ਪਾਣੀ ਜਿਹੜਾ ਆਇਆ ਕਿਸੇ ਦਾ ਕਸੂਰ ਨਹੀਂ ਹੈ ਮੈਂ ਕਹਾਂ ਵੀ ਸਰਕਾਰ ਨੇ ਪਾਣੀ ਛੱਡਤਾ ਜਾਂ ਆਮ ਆਦਮੀ ਪਾਰਟੀ ਕਰਕੇ ਪਾਣੀ ਆਇਆ ਹਾਂ ਇਹ ਕੁਦਰਤੀ ਆਫਤ ਹੈ ਅਤੇ ਅਸੀਂ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਆਪਾਂ ਸ਼ਾਂਤੀ ਦੇ ਨਾਲ ਇਹਦੇ ਨਾਲ ਨਜਿੱਠਣਾ ਹੈ ਸਾਰਿਆਂ ਨੇ ਰਲ ਕੇ ਕਿ ਕਿਵੇਂ ਨਜਿੱਠਿਆ ਜਾ ਸਕਦਾ ਪਰ ਇਸ ਪਿੰਡ ਦੀ ਜਿਹੜੀ ਪ੍ਰੋਬਲਮ ਹੈ ਇੱਥੇ ਕੋਈ ਆ ਕੇ ਛਿਪਿਆ ਨਹੀਂ ਕਹਿਣ ਦਾ ਮਤਲਬ ਕੋਈ ਵੜਿਆ ਨਹੀਂ ਇੱਕ ਅੱਧੀ ਵਾਰੀ ਕੋਈ ਆ ਕੇ ਗੇੜਾ ਕੱਢ ਕੇ ਚਲਾ ਗਿਆ ਹੁਣ ਇਹਨਾਂ ਦੀ ਜਿਹੜੀ ਪ੍ਰੋਬਲਮ ਹੈ ਬੌਂਦਲੀ ਦੀ ਇਹ ਪਾਣੀ ਇੱਥੇ ਸਟੱਕ ਹੋ ਗਿਆ ਖੜ ਗਿਆ ਗਾਂ ਪਾਣੀ ਜਾ ਨਹੀਂ ਰਿਹਾ ਪਾਣੀ ਥੱਲੇ ਨੂੰ ਹੋ ਨਹੀਂ ਰਿਹਾ ਸੋ ਜਿੰਨਾ ਚਿਕਰ ਪਾਣੀ ਨੈਚੁਰਲ ਜਿਹੜਾ ਫਲੋ ਹੈ ਉਹਦਾ ਪਾਣੀ ਨਹੀਂ ਜਾਏਗਾ ਉਹਨਾਂ ਚਿਕਰ ਇਸ ਪਿੰਡ 'ਚੋਂ ਪਾਣੀ ਨਹੀਂ ਨਿਕਲੇਗਾ ਇਹ ਕੁਝ ਕਹਿ ਰਹੇ ਇਹਨਾਂ ਦੀਆਂ ਡਿਮਾਂਡਸ ਹੈਗੀਆਂ ਕਿ ਫਲਾਨੀ ਥਾਂ ਤੋਂ ਪੁਲੀਆਂ ਜਾਂ ਕੋਈ ਸੜਕ ਜਾਂ ਇੱਧਰ ਉੱਧਰ ਹੋ ਕੇ ਇਸ ਪਾਣੀ ਦਾ ਤਾਂ ਨਿਕਲਦਾ ਨਹੀਂ ਪਾਣੀ ਦੀ ਨਿਕਾਸੀ ਨਹੀਂ ਹੋਣੀ ਸੋ ਮੈਂ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਹੈ ਔਰ ਮੈਨੂੰ ਲੱਗਦਾ ਇਹਦੇ 'ਤੇ ਤਵੱਜੋ ਪਹਿਲਾਂ ਦੇ ਲੈਣੀ ਚਾਹੀਦੀ ਸੀ ਕਿਉਂਕਿ ਇੰਨਾ ਡੈਮੇਜ ਨਹੀਂ ਹੋਣਾ ਕਿਉਂਕਿ ਅੱਜ ਇਹਨਾਂ ਨੂੰ ਹੋਣ ਵਾਲੀ ਫਸਲ ਨਹੀਂ ਬਚਦੀ ਕਈ ਅਫਸਰਾਂ ਨੂੰ ਇਹ ਭੁਲੇਖਾ ਵੀ ਇਹ ਹੁਣ ਮੱਕੀ ਫਸਲ ਬਚਾਉਣ ਲੱਗੇ ਜਾਂ ਝੋਨਾ ਬਚਾਉਣ ਲੱਗੇ ਇਹ ਕਾਹਦਾ ਬਚਣਾ ਜਿਹੜੇ ਝੋਨੇ ਤੋਂ ਪਾਣੀ ਉੱਤੋਂ ਦੀ ਫਿਰ ਗਿਆ ਮੱਕੀ ਦੇ ਉੱਤੋਂ ਦੀ ਫਿਰ ਗਿਆ ਇਹ ਨਹੀਂ ਬਚ ਸਕਦਾ ਇਹ ਤਾਂ ਅਗਲੀ 6 ਮਹੀਨਿਆਂ ਦੀ ਵਿਚਾਰੇ ਤਿਆਰੀ ਕਿਉਂਕਿ ਹੁਣ ਤਾਂ ਪਨੀਰੀਆਂ ਵੀ ਨਹੀਂ ਮਿਲਣੀਆਂ 6 ਮਹੀਨਿਆਂ ਨੂੰ ਕਣਕ ਬੀਜ ਲੈਣ ਇੰਨਾ ਹੀ ਬਥੇਰਾ ਇਹਨਾਂ ਨੂੰ ਇਹ ਲੱਗਦਾ ਵੀ ਇੱਥੇ ਕਿਤੇ ਮੱਛੀ ਫਾਰਮ ਨਾ ਬਣ ਜਾਵੇ ਜਿਹੜੇ ਸਾਡੇ ਵਾਹਣਾਂ ਦੇ ਵਿੱਚ ਇੱਥੇ ਪਾਣੀ ਖੜਾ ਨਾ ਰਹੇ ਸੋ ਮੈਨੂੰ ਲੱਗਦਾ ਕਿ ਇਹੋ ਜਿਹੇ ਥਾਂ ਇਹੋ ਜਿਹੇ ਪਿੰਡ ਬਹੁਤ ਸਾਰੇ ਆ ਮੈਂ ਕੱਲ੍ਹ ਪਟਿਆਲੇ ਸੀਗਾ ਜਿੱਥੇ ਕਿ ਪ੍ਰਸ਼ਾਸਨ ਨੂੰ ਨੋਡਲ ਅਫਸਰ ਲਾਉਣਾ ਚਾਹੀਦਾ ਹੁਣ ਮੈਂ ਕਿਉਂ ਆ ਕੇ ਇੱਥੇ ਗੱਲ ਸੁਣਾ ਇੱਥੇ ਇੱਕ ਨੋਡਲ ਅਫਸਰ ਇੱਥੇ ਅੱਡੇ ਥੱਲੇ ਕੁਰਸੀ ਲਾ ਕੇ ਬੈਠਾ ਹੋਵੇ ਉਹ ਨੋਡਲ ਅਫਸਰ ਆਪਣੇ ਡਿਪਟੀ ਕਮਿਸ਼ਨਰ ਨਾਲ ਗੱਲ ਕਰੇ ਕਿ ਜੇ ਇਹ ਕੁਝ ਹੋਰ ਕਹਿੰਦੇ ਆ ਤੁਸੀਂ ਕੁਝ ਹੋਰ ਕਹਿੰਦੇ ਆ ਇਹਦਾ ਹੱਲ ਕੱਢੋ ਜਾਂ ਤਾਂ ਫਿਰ ਆ ਕੇ ਦੱਸਣ ਵੀ ਅਸੀਂ ਲੈਵਲ ਮਿਲ ਜਾਣੇ ਕਿ ਇੰਨਾ ਇਹਦਾ ਲੈਵਲ ਹੈ ਆਟੋਮੈਟਿਕਲੀ 2 ਫੁੱਟ ਪਾਣੀ ਬਈ ਆ ਦੇਖ ਲਓ ਸਾਡੀਆਂ ਪੁਲੀਆਂ ਤੋਂ ਨਿਕਾਸੀ ਹੋ ਗਈ ਜੇ ਉਹ ਨਿਕਾਸੀ ਨਹੀਂ ਹੋ ਰਹੀ ਤਾਂ ਕਿਤੇ ਨਾ ਕਿਤੇ ਫਾਲਟ ਹੈ ਕਿੰਨਾ ਚਿਰ ਇਹ 2 ਮਹੀਨੇ ਨਹੀਂ ਵੇਟ ਕਰ ਸਕਦੇ ਪਾਣੀ ਨਾ ਨਿਕਲੇ ਸੋ ਮੈਨੂੰ ਲੱਗਦਾ ਡੀਸੀ ਨੇ ਵਿਸ਼ਵਾਸ ਦਵਾਇਆ ਕਿ ਮੈਂ ਇੱਥੇ ਖੁਦ ਆਵਾਂਗੀ ਉਹਨਾਂ ਦਾ ਇੰਤਜ਼ਾਰ ਕਰਨਾ ਚਾਹੀਦਾ ਸਾਨੂੰ ਕਿਉਂਕਿ ਅਗਲੇ ਹੋਰ ਥਾਵਾਂ 'ਤੇ ਵੀ ਗਏ ਹੈ ਅਤੇ ਆਪਦੀ ਤਕਲੀਫ ਦੱਸਣ ਜੇ ਕੋਈ ਦਿੱਕਤ ਆਉਂਦੀ ਹੈ ਫਿਰ ਕੱਲ੍ਹ ਨੂੰ ਰਾਜਾ ਜੀ ਨੂੰ ਦੱਸ ਕੇ ਅਸੀਂ ਦੁਬਾਰੇ ਆਵਾਂਗੇ ਸੋ ਨਾਲ ਹੀ ਨਾਲ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਬਹੁਤ ਸਾਰੇ ਗਰੀਬ ਹੈ ਪਿੰਡਾਂ ਦੇ ਵਿੱਚ ਲੋਕ ਜਿਹੜੇ ਦਿਹਾੜੀ ਨਾਲ ਆਪਦਾ ਨਿਰਭਰ ਗੁਜ਼ਾਰਾ ਕਰਦੇ ਆ ਉਹਨਾਂ ਵਾਸਤੇ ਕੋਈ ਰਾਸ਼ਨ ਉਹਨਾਂ ਨੂੰ ਕੋਈ 5 ਕਿਲੋ ਦੀ ਆਟੇ ਦੀ ਥੈਲੀ ਕੋਈ ਨਮਕ ਕੋਈ ਤੇਲ ਕੋਈ ਚਾਹ ਪੱਤੀ ਕੋਈ ਕਿਲੋ ਦਾਲ ਹਜੇ ਤੱਕ ਮੇਰਾ ਖਿਆਲ ਕਿਤੇ ਨਹੀਂ ਕੁਝ ਹੋਇਆ ਜਿੱਥੇ ਵੀ ਪ੍ਰਸ਼ਾਸਨ ਆਉਂਦਾ ਹੈ ਡੀਸੀ ਆਉਂਦਾ BDP ਆਉਂਦਾ ਉਹ ਕਹਿੰਦਾ ਸਰਪੰਚਾਂ ਤੂੰ ਲਾ ਦੇ ਪੈਸੇ ਅਸੀਂ ਦੇ ਦਿਆਂਗੇ ਸਰਪੰਚ ਕੋਲੇ ਕੋਈ ਖਾਣ ਲੱਗੀ ਹੈ ਸਰਪੰਚ ਕੋਲੇ ਪਹਿਲਾਂ ਮਤਾ ਪੈਂਦਾ ਫਿਰ ਬੈਂਕ 'ਚੋਂ ਪੈਸੇ ਕਢਾ ਕੇ ਲਿਆਓ ਫਿਰ ਕਿਸੇ ਨੇ ਕਿਹਨੇ ਦੇਣੇ ਹੈ ਸਰਪੰਚ ਭੱਜੇ ਫਿਰਨਗੇ ਸੋ ਇਹਨਾਂ ਨੂੰ ਨੋਡਲ ਆਫਿਸਰ ਲਾ ਕੇ ਇੱਥੇ ਉਹਨਾਂ ਨੂੰ ਬਿਠਾਉਣਾ ਚਾਹੀਦਾ ਵੀ ਜੋ ਖਰਚਾ ਹੁੰਦਾ ਉਹਦੇ 'ਤੇ ਕਰੋ ਸਰਪੰਚ ਵੀ ਕਰਨ ਉਹ ਵੀ ਕਰਨ ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ ਅਸੀਂ ਵੀਰੇ ਕੋਈ ਮੁਆਵਜ਼ਾ ਨਹੀਂ ਦੇ ਸਕਦੇ ਖੇਤ ਪੰਜਾਬੀ 'ਚ ਇਹ ਗੱਲ ਦੱਸੀਏ ਵੀ ਅਸੀਂ ਇੱਕ ਤਾਂ ਹਾਂ ਦਾ ਨਾਰਾ ਮਾਰ ਸਕਦੇ ਹਾਂ ਰੌਲਾ ਪਾ ਸਕਦੇ ਹਾਂ ਬੀਂਗ ਏ ਓਪੋਜੀਸ਼ਨ ਅਸੀਂ ਲੜਾਈ ਲੜ ਰਹੇ ਹਾਂ ਫਿਰ ਤਿਲ ਫੁੱਲ ਭੇਟਾ ਸੇਵਾ ਅਸੀਂ ਸਾਰੇ ਆਪਦੇ ਕੰਟੈਸਟਡ ਕੈਂਡੀਡੇਟ ਦੀ ਆਪਦੇ ਅਹੁਦੇਦਾਰਾਂ ਦੀ ਸਰਪੰਚ ਨੂੰ ਬੇਨਤੀ ਕਰਾਂ ਕੋਈ ਵਿਅਕਤੀ ਭੁੱਖਾ ਨਾ ਸੌਵੇ ਕੋਈ ਵਿਅਕਤੀ ਦਵਾਈ ਇੰਨੀ ਉਹਨਾਂ ਵਿਚਾਰਾ ਰਹੇ ਉਹਦੇ ਵਾਸਤੇ ਤਿਲ ਫੁੱਲ ਭੇਟਾ ਸਾਡਾ ਕੰਟੈਸਟਡ ਉਮੀਦਵਾਰ ਇੱਥੇ ਜਿਹੜੇ ਹੈਗੇ ਆ ਜਾਂ ਸਾਡੇ ਬਲਾਕਾਂ ਦੇ ਪ੍ਰਧਾਨ ਅਸੀਂ ਹਾਜ਼ਰ ਹੈ ਐਸੇ ਘਰ ਕੋਈ ਸਰਪੰਚ ਸਾਹਿਬ ਹੈਗੇ ਆ ਜਿਹੜੇ ਰੋਟੀ ਇੰਨੀ ਉਹ ਜਾਂ ਰਾਸ਼ਨ ਇੰਨੀ ਉਹ ਪਰੇਸ਼ਾਨੀ ਹੈ ਕਿਸੇ ਵੀ ਪ੍ਰਕਾਰ ਦੀ ਉਹ ਤੁਸੀਂ ਰਾਜਾ ਜੀ ਨੂੰ ਦੱਸੋ ਅਸੀਂ ਉਹਨਾਂ ਦਾ 100% ਅਸੀਂ ਸਾਥ ਦੇਣ ਤਿਆਰ ਹੈ ਆਉਣ ਵਾਲੇ ਸਮੇਂ 'ਚ ਪਿੰਡ ਵਿਉਤ ਬਣਾਵੇ ਵੀ ਕਿੱਦਾਂ ਪਾਣੀ ਨਾਲ ਨਜਿੱਠਿਆ ਜਾ ਸਕਦਾ ਕੋਈ 4 ਪੈਸੇ 10 ਲੱਖ ਲਾਉਣ ਦੀ ਲੋੜ ਹੈ 5 ਲੱਖ ਲਾਉਣ ਦੀ ਲੋੜ ਹੈ ਸਰਦਾਰ ਅਮਰ ਸਿੰਘ ਜੀ ਹਮੇਸ਼ਾ ਹਾਜ਼ਰ ਹੈ ਪਹਿਲਾਂ ਵੀ ਇਸ ਪਿੰਡ ਦੀ ਬਹੁਤ ਵੱਡੀ ਜਿਹੜੀ ਪੀੜਾ ਅਤੇ ਦਰਦ ਸੀ ਇਹਨਾਂ ਨੇ ਦੂਰ ਕੀਤਾ ਔਰ ਮੈਨੂੰ ਲੱਗਦਾ ਹੁਣ ਵੀ ਇਹ ਹਾਜ਼ਰ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਜੋ ਸਾਡੇ ਹੱਥ ਵਿੱਚ ਹੈ ਪ੍ਰਧਾਨ ਜੀ ਇੱਕ ਸਵਾਲ ਸੀਗਾ ਜੀ ਪ੍ਰੈਜ਼ੈਂਟ ਗਵਰਨਮੈਂਟ ਨੇ ਤੁਹਾਡੇ ਜਿਹੜੇ ਇੱਕ ਤੋਂ ਇੱਕ ਕਰਕੇ ਹਾਂਜੀ ਇੱਕ 1 by 1 ਤੁਹਾਡੇ ਜਿਹੜੇ ਲੀਡਰਸ ਹੈਗੇ ਆ ਉਹ ਕਰਪਸ਼ਨ ਕੇਸਿਸ ਡਸਨਟ ਮੇਕ ਐਨੀ ਡਿਫਰੈਂਸ ਟੂ ਅਸ ਟੂ ਬੀ ਵੈਰੀ ਓਨੈਸਟ ਅੱਜ ਪਾਣੀ ਦਾ ਮੁੱਦਾ ਹੈ ਅਸੀਂ ਭਗਵੰਤ ਮਾਨ ਜੀ ਨਾਲ ਨਜਿੱਠਣਾ ਸੁਣੋ ਨਜਿੱਠਣਾ ਜਾਣਦੇ ਹੋ ਨਜਿੱਠ ਲਾਵਾਂਗੇ ਇਹ ਵੈਂਡੇਟਾ ਪੋਲਿਟਿਕਸ ਇਹ ਡਾਈਵਰਟ ਕਰਦੇ ਆ ਬਟ ਵਿਜੀਲੈਂਸ ਕਹਿੰਦੀ ਹੈ ਵੀ ਸਾਡੇ ਕੋਲ ਡਾਕੂਮੈਂਟਰੀ ਸਬੂਤ ਹੈਗਾ ਕਿ ਕੌਣ ਕਹਿੰਦਾ ਜੀ ਵਿਜੀਲੈਂਸ ਕਹਿੰਦੀ ਅਸੀਂ ਕੀ ਕਹਿੰਦੇ ਆ ਵਿਜੀਲੈਂਸ ਨੂੰ ਅਸੀਂ ਵਿਜੀਲੈਂਸ ਨੂੰ ਇਹ ਕਹਿੰਦੇ ਆ ਕਿ ਵਿਜੀਲੈਂਸ ਸ਼ੁੱਡ ਕਮ ਫਾਰਵਰਡ ਸਾਡੇ ਨਾਲ ਬੈਠੇ ਸਾਹਮਣੇ ਮੀਡੀਆ ਨੂੰ ਸੱਦੇ ਸਾਹਮਣੇ
ਤੇ ਇਧਰੋਂ ਅਸੀਂ ਆਪਦਾ ਤੱਥ ਪੇਸ਼ ਕਰਾਂਗੇ। ਵਿਜੀਲੈਂਸ ਦਾ ਜਿਹੜਾ ਵੀ ਬੰਦਾ ਹੈ ਕੋਈ ਪੁਲਿਸ ਵਾਲਾ, ਉਹ ਖੜਾ ਹੋ ਕੇ ਕਹਿ ਦਿੰਦਾ ਵੀ 8 ਕਰੋੜ ਰਾਜੇ ਨੇ ਲੈ ਲਿਆ, 7 ਕਰੋੜ ਦਾ ਉਹਦੇ 'ਚ ਵਾਧਾ ਹੋ ਗਿਆ, 300 ਗੁਣਾ ਉਹਦੇ 'ਚ ਵਾਧਾ ਹੋ ਗਿਆ, ਕੋਈ ਪਾਗਲ ਥੋੜ੍ਹੀ ਹੈ ਜੀ। 40-40 ਸਾਲਾਂ ਦੇ ਲੋਕ ਸਿਆਸਤ ਕਰ ਰਹੇ ਆ ਜਨਾਬ, ਇਟਸ ਨੋਟ ਅਬਾਊਟ ਦਾ, ਅਸੀਂ ਐਜੀਟੇਸ਼ਨ ਵੀ ਕਰਾਂਗੇ, ਅਸੀਂ ਹਾਈਕੋਰਟ ਦਾ ਰੁਖ ਵੀ ਕਰਾਂਗੇ। ਔਰ ਮੈਨੂੰ 100% ਯਕੀਨ ਹੈ ਕੀ ਸਕਸੈਸ ਰੇਟ ਹੈ ਵਿਜੀਲੈਂਸ ਦਾ ਜੀ, 1%। ਇਹ ਸਾਰੇ ਦੇ ਸਾਰੇ ਕੇਸਿਸ ਤੋਂ ਸਾਡੇ ਲੋਕਾਂ ਨੇ ਬਰੀ ਹੋਣਾ, ਜੋ ਡਿਸਪ੍ਰਪੋਰਸ਼ਨੇਟ ਐਸਿਡ ਸਾਡੇ 'ਤੇ ਬਣਾਇਆ ਜਾ ਰਿਹਾ। ਜਦੋਂ ਕੋਈ ਚੀਜ਼ ਨਹੀਂ ਲੱਭੀ ਤਾਂ ਘਰ ਮਿਲ ਲਓ ਜੀ, ਕੋਠੀ ਮਿਲ ਲਓ ਜੀ, ਮਕਾਨ ਮਿਲ ਲਓ ਜੀ। 30-30 ਸਾਲ ਲੋਕਾਂ ਦੇ ਪੁਰਾਣੇ ਮਕਾਨ ਮਿਲ ਨਹੀਂ ਜਾਂਦੇ, ਜੇ ਤੁਹਾਡਾ ਵੀ ਮਿਲ ਲੈਣ ਤਾਂ ਮੇਰੇ ਖਿਆਲ ਤੁਹਾਡੇ ਕੋਲ ਵੀ 30 ਸਾਲ ਪੁਰਾਣੇ ਵੇਲਣਾ ਹੋਣ। ਦਿਸ ਇਜ਼ ਨੋਟ ਦਾ ਕੇਸ, ਕੋਈ ਕੰਪਲੇਨ ਨਹੀਂ ਹੈ ਕੋਈ ਜਾਇਦਾ। ਹੁਣ ਸੋਨੀ ਸਾਹਿਬ ਫੜਿਆ ਜੀ, ਸੋਨੀ ਸਾਹਿਬ ਇੱਕ ਉਦਯੋਗਪਤੀ ਵੀ ਹੈ, ਕਾਰੋਬਾਰੀ ਵੀ ਹੈ, 6 ਵਾਰੀ ਜਿੱਤਿਆ, ਕਿਸੇ ਨੇ ਇਲਜ਼ਾਮ ਨਹੀਂ ਲਾਇਆ, ਬੜੀਆਂ ਸਰਕਾਰਾਂ ਰਹੀਆਂ। ਫਿਰ ਕਾਂਗਰਸ ਹੀ ਇਕੱਲੀ ਟਾਰਗੇਟ ਕਿਉਂ ਹੈ ਜੀ? ਸਾਡੀ ਇੱਕ ਮਿੰਟ, ਇਕੱਲੀ ਕਾਂਗਰਸ ਨਹੀਂ ਫੜਿਆ, ਪਿੰਡ ਵਾਲਿਆਂ ਨਾਲ। ਜਿੱਥੋਂ ਤੱਕ ਪਾਣੀ ਦੀ ਗੱਲ ਹੈ, ਅਸੀਂ ਤੁਹਾਨੂੰ ਕਿਹਾ ਕਿ 4 ਦਿਨ ਹੋ ਗਏ ਲਗਾਤਾਰ ਘੁੰਮ ਰਹੇ ਹਾਂ, ਹੁਣ ਵੀ ਅਸੀਂ ਫੀਲਡ ਦੇ ਵਿੱਚ, ਸਰਕਾਰ ਵੀ ਨਹੀਂ ਪਹੁੰਚਦੀ, ਅਸੀਂ ਐਵੈਕੂਏਟ ਕੀਤੇ ਬੰਦੇ ਆਪਦੇ ਬਾਹਰ ਕੱਢ ਕੇ ਲਿਆ, ਤੁਸੀਂ ਦੇਖਿਆ ਹੋਣਾ ਸਾਡੇ ਜਿੰਨਾ ਕਿ ਅਸੀਂ ਕਰ ਸਕਦੇ। ਸਾਡਾ ਹੈਲਪਲਾਈਨ ਫੇਸਬੁੱਕ 'ਤੇ ਹੈਗਾ ਜੀ, ਐਵਰੀਬਡੀ ਨੋਜ਼, ਸਾਨੂੰ ਕਾਲਸ ਵੀ ਆ ਰਹੀਆਂ, ਤੁਸੀਂ ਉਹਦੀਆਂ ਵੀਡੀਓਜ਼ ਵੀ ਵੇਖ ਰਹੇ ਹੋ, ਕੁਝ ਤੁਹਾਡੇ ਮੀਡੀਆ ਚੈਨਲ ਚਲਾ ਵੀ ਰਹੇ। ਕਿਹੜੇ ਕੈਂਡੀਡੇਟ ਦਾ? ਹਜੇ ਤਾਂ ਪਾਣੀ ਦਾ ਬਚੀਏ ਜੀ, ਫਿਰ ਕੈਂਡੀਡੇਟ ਦਾ ਵੀ ਐਲਾਨ ਕਰਾਂਗੇ, ਔਰ ਅਸੀਂ ਲੰਮਾ ਸਮਾਂ ਪਿਆ।